गोभी ਦੇ ਪਕੌੜੇ ਤਾਂ ਅਸੀਂ ਕਈ ਤਰ੍ਹਾਂ ਨਾਲ ਬਣਾਈ ਹੋਣਗੇ ਤੇ ਖਾਦੇ ਹੋਣਗੇ ਪਰ ਅੱਜ ਆਪਾਂ ਬਣਾਵਾਂਗੇ ਹਰੀ ਗੋभी ਦੇ ਪਕੌੜੇ ਜੋ ਕਿ ਦੇਖਣ ਦੇ ਵਿੱਚ ਤਾਂ ਇੰਨੇ ਜਿਆਦਾ ਸੋਹਣੇ ਲੱਗਦੇ ਲੱਗਦੇ ਆ ਖਾਣ ਦੇ ਵਿੱਚ ਉਸ ਤੋਂ ਵੀ ਜਿਆਦਾ ਟੇਸਟੀ ਬਣਦੇ ਆ ਚਲੋ ਫਿਰ ਇਹ ਰੈਸਪੀ ਨੂੰ ਬਣਾਉਣਾ ਆਪਾਂ ਸਿੱਖ ਲੈਨੇ ਆ ਜੀ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਪੂਰਾ ਦੇਖਿਓ ਬਹੁਤ ਜਿਆਦਾ ਟੇਸਟੀ ਇਹ ਪਕੌੜੇ ਬਣਦੇ ਆ ਜੀ ਨੂੰ ਵੀ ਬਣਾ ਕੇ ਸਰਵ ਕਰੋਗੇ ਨਾ ਸਭ ਤੁਹਾਡੀ ਤਾਰੀਫ ਕਰਨਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਗੋਭੀ ਦੇ ਹਰੇ ਪਕੌੜੇ ਬਣਾ ਕੇ ਤਿਆਰ ਕਰਾਂਗੇ ਜੀ ਇਹ ਪਕੌੜੇ ਬਹੁਤ ਜ਼ਿਆਦਾ ਟੇਸਟੀ ਬਣਨਗੇ ਤੇ ਬਹੁਤ ਵਧੀਆ ਕ੍ਰਿਸਪੀ ਬਣਾ ਕੇ ਆਪਾਂ ਤਿਆਰ ਕਰਾਂਗੇ ਜੀ ਇਸ ਰੈਸਪੀ ਨੂੰ ਸਿੱਖਣ ਦੇ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਜੀ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਵੀਡੀਓ ਵਧੀਆ ਲੱਗੀ ਜੀ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚਲੋ ਜੀ ਫਿਰ ਇਹ ਗੋਭੀ ਦੇ ਹਰੇ ਪਕੌੜੇ ਬਣਾਉਣੇ ਆਪਾਂ ਸਿੱਖ ਲੈਣੇ ਆ ਤੇ ਇੱਥੇ ਜੀ ਆਪਣੇ ਕੋਲ ਇੱਕ ਗੋਭੀ ਦਾ ਫੁੱਲ ਹੈ ਤੇ ਇਹਨ ਚੰਗੇ ਤਰੀਕੇ ਨਾਲ ਨਾ ਵਾਸ਼ ਕਰ ਲਓ ਤੁਸੀਂ ਇਹਨੂੰ ਤੇ ਹੁਣ ਜੀ ਇਸ ਤਰੀਕੇ ਨਾਲ ਅਲੱਗ ਕਰ ਲਾਂਗੇ ਆਪਾਂ ਇਹਨਾਂ ਦੀਆਂ ਡੰਡੀਆਂ ਵੀ ਨਾਲ ਨਾ ਇਹ ਹੋਣੀਆਂ ਚਾਹੀਦੀਆਂ ਨੇ ਛੋਟੇ ਛੋਟੇ ਫੁੱਲ ਇਸ ਤਰੀਕੇ ਨਾਲ ਅਲੱਗ ਕਰਕੇ ਰੱਖ ਲਾਂਗੇ ਤੇ ਇਸ ਤਰੀਕੇ ਨਾਲ ਜੀ ਗੋਭੀ ਨੂੰ ਆਪਾਂ ਚੀਰ ਲਿਆ ਮੈਂ ਪਹਿਲਾਂ ਵੀ ਇਹਨੂੰ ਚੀਰਨ ਤੋਂ ਧੋ ਲਿਆ ਸੀਗਾ ਤੇ ਹੁਣ ਵੀ ਆਪਾਂ ਇੱਕ ਕਰੀ ਧੋ ਲਾਂਗੇ ਤੁਸੀਂ ਚਾਹੋ ਤਾਂ 5 ਮਿੰਟ ਨਾ ਪਾਣੀ ਦੇ ਵਿੱਚ ਇਹਨੂੰ ਭਿਓ ਕੇ ਰੱਖ ਦਿਓ ਕੋਈ ਵੀ ਕੀੜੇ ਮਕੌੜੇ ਹੋਣਗੇ ਨਾ ਫਿਰ ਉਹ ਨਿਕਲ ਜਾਣਗੇ ਇਸ ਤਰੀਕੇ ਨਾਲ ਇਹ ਚੁੱਲ੍ਹੇ ਤੇ ਰੱਖਾਂਗੇ ਜੀ ਆਪਾਂ ਪੈਣ ਜਾਂ ਕੜਾਹੀ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਪਾਣੀ ਪਾਣੀ ਨੂੰ ਚੰਗੇ ਤਰੀਕੇ ਨਾਲ ਆਪਾਂ ਗਰਮ ਕਰ ਲਾਂਗੇ ਤੇ ਪਾਣੀ ਦੇ ਵਿੱਚ ਜੀ 1/2 ਚਮਚਾ ਆਪਾਂ ਨਮਕ ਦਾ ਐਡ ਕਰ ਦਿਆਂਗੇ ਤੁਸੀਂ ਚਾਹੋ ਤਾਂ ਕਾਲਾ ਨਮਕ ਵੀ ਵਰਤ ਸਕਦੇ ਹੋ ਤੇ ਹੁਣ ਜੀ ਪਾਣੀ ਦੇ ਵਿੱਚ ਆਪਾਂ ਗੋਭੀ ਐਡ ਕਰ ਦਿਆਂਗੇ ਜਿਹੜੀ ਇਸ ਤਰੀਕੇ ਨਾਲ ਕੱਟ ਕੇ ਰੱਖੀ ਸੀ ਬਸ 2 ਮਿੰਟ ਗੋਭੀ ਨੂੰ ਉਬਾਲ ਲੈਣਾ ਆਪਾਂ ਜ਼ਿਆਦਾ ਨਹੀਂ ਨਰਮ ਕਰਨਾ ਤੇ ਖਰਚਾ ਇਹਨੂੰ ਇਸ ਤਰੀਕੇ ਨਾਲ ਘਮਾਉਂਦੇ ਹੋਏ ਜੀ ਆਪਾਂ ਗੋਭੀ ਨੂੰ ਪਕਾ ਲਿਆਗਾ ਬਸ ਥੋੜਾ ਜਿਹਾ ਟਾਈਮ ਪਕਾਏ ਯਾਨੀ ਕਿ ਡੇਢ ਕ ਮਿੰਟ ਬਸ ਡੇਢ ਦੋ ਮਿੰਟ ਜਿਆਦਾ ਨਹੀਂ ਆਪਾਂ ਪਕਾਉਣਾ ਕਿਉਂਕਿ ਫੋਲ ਜਿਹੜੇ ਜਿਆਦਾ ਨਰਮ ਹੋ ਗਏ ਨਾ ਜੇ ਫਿਰ ਪਕੌੜੇ ਆ ਦੇਖਾਂ ਚ ਸੋਹਣੇ ਨਹੀਂ ਲੱਗਣਗੇ ਤੇ ਹੁਣ ਇਸ ਤਰੀਕੇ ਨਾਲ ਗੋਭੀ ਜਿਹੜੀ ਪੱਕ ਗਈ ਆ ਯਾਨੀ ਕਿ ਆਪਾਂ ਜਿਆਦਾ ਨਹੀਂ ਪਕਾਈ ਜਿਵੇਂ ਦੱਸਿਆ ਤੁਹਾਨੂੰ 50% ਪਕਾਈ ਆ ਹੁਣ ਨਾਲ ਦੀ ਨਾਲ ਇੱਕ ਡੋਂਗੇ ਦੇ ਵਿੱਚ ਆਪਾਂ ਇਹਨੂੰ ਕੱਢ ਦਾਂਗੇ ਠੰਡੇ ਪਾਣੀ ਚ ਤੋਂ ਜਿਆਦਾ ਇਹ ਕੁੱਕ ਨਾ ਹੋਵੇ ਇਸ ਤੇ ਲਈ ਆਪਾਂ ਇਹਨੂੰ ਠੰਡੇ ਪਾਣੀ ਦੇ ਵਿੱਚ ਕੱਢਤਾ ਇਸ ਤਰੀਕੇ ਇੱਥੇ ਜੀ ਆਪਣੇ ਕੋਲੇ ਹੈਗਾ ਹਰਾ ਧਨੀਆ ਇਹਨੂੰ ਚੰਗੇ ਤਰੀਕੇ ਨਾਲ ਧੋ ਲਿਆ ਆਪਾਂ ਤੇ ਦੋ ਹੈਗੀਆਂ ਸਵਾਦ ਅਨਸਾਰ ਹਰੀਆਂ ਮਿਰਚਾਂ ਤੇ ਥੋੜੀ ਜਿਹੀ ਲਸਣ ਤੁਸੀਂ ਚਾਹੋ ਤਾਂ ਇਹਦੇ ਵਿੱਚ ਅਦਰਕ ਵੀ ਵਰਤ ਸਕਦੇ ਹੋ ਫਲੇਵਰ ਦੇ ਲਈ ਤੇ ਹਾਂ ਜੀ ਮਿਕਸੀ ਵਾਲੇ ਜੱਗ 'ਚ ਸਾਰੀਆਂ ਚੀਜ਼ਾਂ ਨੇ ਇਹਨਾਂ ਨੂੰ ਐਡ ਕਰ ਦਿਆਂਗੇ ਆਪਾਂ ਹਰਾ ਧਨੀਆ ਵੀ ਇਹਦੇ 'ਚ ਐਡ ਕਰ ਦਿਆਂਗੇ ਆਪਾਂ ਬਰੀਕ ਕੱਟ ਕੇ ਕਿ ਜਲਦੀ ਹੈ ਜਿਹੜੀ ਇਹਦੀ ਪੇਸਟ ਰੱਧੀਆ ਬਣ ਜੇ ਤੇ ਹੁਣ ਜੀ ਇਹਦੇ ਵਿੱਚ ਸਵਾਦ ਅਨਸਾਰ ਨਮਕ ਐਡ ਕਰਾਂਗੇ ਵੀ ਜਿੰਨਾ ਕ ਆਪਾਂ ਪਕੌੜਿਆਂ ਦੇ ਵਿੱਚ ਨਮਕ ਰੱਖਣਾਗਾ ਤੇ ਹੁਣ ਜੀ ਥੋੜਾ ਜਿਹਾ ਪਾਣੀ ਐਡ ਕਰਕੇ ਇਹਨਾਂ ਨੂੰ ਮਿਕਸ ਕਰ ਲਾਂਗੇ ਬਿਲਕੁਲ ਇਹਦੀ ਪੇਸਟ ਬਣਾ ਲਾਂਗੇ ਇਸ ਤਰੀਕੇ ਨਾਲ ਜੀ ਪੇਸਟ ਆਪਾਂ ਤਿਆਰ ਕਰ ਲਈ ਐ ਤੇ ਇਹ ਆਪਾਂ ਗੋਭੀ ਦੇ ਵਿੱਚ ਇਸ ਤਰੀਕੇ ਨਾਲ ਐਡ ਕਰ ਦਿਆਂਗੇ ਤੇ ਇਹ ਹੈ गाइस ਮੇਰੇ ਕੋਲੇ ਕਾਰਨਰ سٹਾਰਚ 3-4 ਚਮਚਾ ਗੋਭੀ ਦੇ ਹਿਸਾਬ ਨਾਲ ਉਹਨਾਂ ਕੀ ਮੈਂ ਐਡ ਕਰੂੰਗੀ ਜਿੰਨੀ ਕ ਮੈਨੂੰ ਜ਼ਰੂਰਤ ਆਗੀ ਤੇ ਇਹ ਹੈਗੇ ਜੀ ਚੌਲਾਂ ਦਾ ਆਟਾ 2-3 ਚਮਚੇ ਇਹ ਹੈ ਜੀ ਇਹ ਐਡ ਕਰ ਦੇਾਂਗੇ ਤੇ ਹੁਣ ਜੀ ਇਹਦੇ ਵਿੱਚ ਆਪਾਂ ਇੱਕ ਚਮਚਾ ਜਵੈਨ ਦਾ ਐਡ ਕਰਾਂਗੇ ਹਲਕੇ ਹੱਥਾਂ ਨਾਲ ਕ੍ਰਸ਼ ਕਰ ਲਾਂਗੇ ਜਵੈਨ ਨੂੰ ਇਸ ਤਰੀਕੇ ਨਾਲ ਦਾ ਫਲੇਵਰ ਹੈ ਜਿਹੜਾ ਐਕਟਿਵ ਹੋ ਜਾਂਦਾ ਤੁਸੀਂ ਹੋਰ ਵੀ ਮਸਾਲੇ ਇਹਦੇ ਵਿੱਚ ਐਡ ਕਰ ਸਕਦੇ ਹੋ ਜਿ ਕੋਈ ਜਿਵੇਂ ਕਿ ਚਿਲੀ ਬਲੈਕਸ ਵਰਗਾ ਮਸਾਲਾ ਐਡ ਕਰਨਾ ਹੋਇਆ ਨਾ ਐਡ ਕਰ ਲਿਓ ਹਾਂਜੀ ਸਾਰੀਆਂ ਚੀਜ਼ਾਂ ਨੂੰ ਪਚੰਗੇ ਤਰੀਕੇ ਨਾਲ ਮਿਕਸ ਕਰ ਲਾਂਗੇ ਜੇ ਤੁਹਾਨੂੰ ਲੱਗਿਆ ਵੀ ਆਟੇ ਦੀ ਜਾਂ ਕਾਰਨਸਟਾਰਚ ਦੀ ਹੋਰ ਜ਼ਰੂਰਤ ਹੈ ਤੁਸੀਂ ਹੋਰ ਵੀ ਐਡ ਕਰ ਸਕਦੇ ਹੋ ਜਿਵੇਂ ਵੀ ਤੁਹਾਨੂੰ ਸਹੀ ਲੱਗੇ ਨਾ ਬਸ ਇਹਦੀ ਕੋਟਿੰਗ ਵਧੀਆ ਹੋਣੀ ਚਾਹੀਦੀ ਹੈ ਉਸ ਤਰੀਕੇ ਨਾਲ ਓਨਾ ਕਾਰਨਸਟਾਰਚ ਤੇ ਓਨਾ ਆਟਾ ਐਡ ਕਰ ਲਿਓ ਤੇ ਗੋਭੀ ਜੇ ਇਸ ਤਰੀਕੇ ਨਾਲ ਬਣਾ ਕੇ ਆਪਾਂ ਕਰ ਲਈਏ ਤਿਆਰ ਤੇ ਹੁਣ ਆਪਾਂ ਤੇਲ ਗਰਮ ਕਰ ਲੈਣੇ ਆ ਤੇ ਚੁੱਲੇ ਤੇ ਰੱਖਾਂਗੇ ਜੀ ਆਪਾਂ ਪੈਨ ਜਾਂ ਕੜਾਹੀ ਤੇ ਇਹਦੇ ਵਿੱਚ ਆਪਾਂ ਤੇਲ ਐਡ ਕਰਾਂਗੇ ਤੁਸੀਂ ਸਰੋਂ ਦੇ ਤੇਲ 'ਚ ਵੀ ਪਕੌੜੇ ਬਣਾ ਸਕਦੇ ਹੋ ਰਾਇਣ ਤੇਲ 'ਚ ਵੀ ਬਣਾ ਸਕਦੇ ਹੋ ਜਾਂ ਉਹਦਾ ਦੇਸੀ ਕੇ ਉਹ ਚ ਵੀ ਬਣਾ ਸਕਦੇ ਹਾਂ ਤੇ ਤੇਲ ਨੂੰ ਨਾ ਫੁੱਲ ਫਲੇਮ ਤੇ ਆਪਾਂ ਗਰਮ ਹੋਣ ਦੇਵਾਂਗੇ ਪਹਿਲਾਂ ਤੇ ਤੇਲ ਜੀ ਵਧੀਆ ਗਰਮ ਕਰ ਲਿਆ ਆਪਾਂ ਫੁੱਲ ਫਲੇਮ ਤੇ ਤੇਲ ਨੂੰ ਫੁੱਲ ਗਰਮ ਕਰ ਲਿਆ ਤੇ ਇਸ ਤਰੀਕੇ ਨਾਲ ਇੱਕ ਕਰਕੇ ਨਾ ਆਪਾਂ ਤੇਲ ਦੇ ਵਿੱਚ ਪਕੌੜੇ ਜਿਹੜੇ ਛਾੜ ਦੇਾਂਗੇ ਕਦੇ ਵਾਸਤੇ ਵੀ ਤੁਸੀਂ ਪਕੌੜੇ ਬਣਾਉਣੇ ਹੋ ਕਿਸੇ ਵੀ ਤਰ੍ਹਾਂ ਦੇ ਪਕੌੜੇ ਬਣਾਉਣਾ ਹੈ ਨਾ ਫੁੱਲ ਫਲੇਮ ਰੱਖਿਆ ਕਰੋ ਕਿਉਂਕਿ ਜੇਕਰ ਆਪਾਂ ਫਲੇਮ ਘੱਟ ਰੱਖਦੇ ਹਾਂ ਨਾ ਜਿਹੜੇ ਪਕੌੜੇ ਉਹ ਕ੍ਰਿਸਪੀ ਨਹੀਂ ਬਣਦੇ ਨਰਮ ਬਣ ਜਾਂਦੇ ਆ ਤੇ ਜਿੰਨੇ ਕ ਆਪਾਂ ਪੈਨ ਦੇ ਵਿੱਚ ਫਰਾਈ ਕਰ ਸਕੀ ਨਾ ऊनेक आप फ्राई कर लेंगे ज्यादा फुल नहीं करा पैन न पकन देवे जी जो ये थोड़े जो पक भी ना अपने आप उपर तैरने लग जाएंगे तेल च यह तो बिल्कुल थोड़ा जहा समा लगेगा बहुत ही आसान तरीके पकौड़े बना लो एक अलग जरीके गोभी के पकौड़े इस तरीके बनायो सबू पसंद आएंगे इस तरीके जी सइडा पलटते हुए ना पकौड़िया बिल्कुल आप क्रिस्पी बना के तैयार कर लाँगे ਤੇ ਪਕੌੜੇ ਇਸ ਤਰੀਕੇ ਨਾਲ ਬਣ ਕੇ ਹੋ ਗਿਆ ਤਿਆਰ ਗਰਮਾ ਗਰਮ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲੈਣੇ ਆ ਤੇ ਦੂਜੇ ਵੀ ਸੇਮ ਐਸੀ ਤਰੀਕੇ ਨਾਲ ਆਪਾਂ ਬਣਾ ਲਾਂਗੇ ਦੂਜੇ ਪਕੌੜੇ ਵੀ ਸੇਮ ਐਸੇ ਤਰੀਕੇ ਨਾਲ ਬਣਾ ਲੈਣੇ ਆ ਜੀ ਆਪਾਂ ਹਲਕਾ ਜਿਹਾ ਇਹਨਾਂ ਨੂੰ ਮਿਕਸ ਕਰ ਲਾਂਗੇ ਵੀ ਆਟੇ ਦੀ ਚੰਗੇ ਤਰੀਕੇ ਨਾਲ ਕੋਟਿੰਗ ਹੋ ਜੇ ਨਾਲੇ ਕਾਰਨਰ स्टार ਚ ਦੀ ਤੇ ਗਰਮ ਤੇਲ ਦੇ ਵਿੱਚ ਇਹਨਾਂ ਨੂੰ ਵੀ ਫਰਾਈ ਕਰ ਲਾਂਗੇ ਜੀ ਤੁਸੀਂ ਚਾਹੋ ਤਾਂ ਇਹਨਾਂ ਨੂੰ ਅੱਧਾ ਫਰਾਈ ਕਰਕੇ ਵੀ ਰੱਖ ਸਕਦੇ ਹੋ ਜਦੋਂ ਸਰਵ ਕਰਨੇ ਆ ਨਾ ਉਦੋਂ ਤੁਸੀਂ ਇਹਨਾਂ ਨੂੰ ਫੇਰ ਫਰਾਈ ਕਰ ਲਿਓ जिम्मे आप कच्चे पकौड़े क्ड के रख लें होंगे भी बाद जो सर्व करने होंगे फिर उदो पका लेने तो सारे पकौड़े जी इस तरीके बना के आप कर लिया तैयार बस आ रहेगी जी थोड़े जे भी मैं फ्राई कर ले बहुत ही टेस्टी झटपट बन यकौड़े आई इस रेसिपी जरूर घरे ट्राई करो जी ਜੇਕਰ ਵੀਡੀਓ ਵਧੀਆ ਲੱਗੀ ਜੀ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਤਦ ਤੱਕ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਗਰਮਾ ਗਰਮ ਪਕੌੜਿਆਂ ਦੇ ਉੱਪਰ ਜੀ ਆਪਾਂ ਹਰੀਆਂ ਮਿਰਚਾਂ ਇਸ ਤਰੀਕੇ ਨਾਲ ਰੱਖ ਰਹੇ ਹਾਂ ਕਿ ਇਹਨਾਂ ਨੂੰ ਥੋੜਾ ਜਿਹਾ ਤੇਲ ਦੇ ਵਿੱਚ ਫਰਾਈ ਕਰ ਲਿਆ ਸੀ ਆਪਾਂ ਜੇ ਤੁਸੀਂ ਜ਼ਿਆਦਾ ਸਪਾਈਸੀ ਖਾਣਾ ਪਸੰਦ ਕਰਦੇ ਹੋ ਤਾਂ ਇਸ ਤਰੀਕੇ ਨਾਲ ਮਿਰਚਾਂ ਵੀ ਸਰਵ ਕਰ ਲਿਓ ਤੇ ਇਸ ਤਰੀਕੇ ਨਾਲ ਜੀ ਗਰਮਾ ਗਰਮ ਪਕੌੜਿਆਂ ਦਾ ਟਮੇਟੋ ਕੈਚੱਪ ਦੇ ਨਾਲ ਸਰਵ ਕਰ ਲਾਂਗੇ ਇਸ ਤਰੀਕੇ ਨਾਲ ਟਮੇਟੋ ਕੈਚੱਪ ਵੀ ਆਪਾਂ ਘਰੇ ਤਿਆਰ ਕੀਤੀ ਹੈ ਜੇ ਇਹਦੀ ਵੀਡੀਓ ਵੀ ਤੁਸੀਂ ਆਪਣੇ ਚੈਨਲ ਤੇ ਦੇਖ ਸਕਦੇ ਹੋ ਜੇ ਨਹੀਂ ਦੇਖੀ ਤਾਂ ਜਰੂਰ ਦੇਖੋ ਤੇ ਗਰਮਾ ਗਰਮ ਪਕੌੜੇ ਜੇ ਆਪਾਂ ਸਰਵ ਕਰ ਲਿਆ ਬਹੁਤ ਟੇਸਟੀ ਦੇ ਬਹੁਤ ਕ੍ਰਿਸਪੀ ਬਣ ਕੇ ਤਿਆਰ ਹੋਇਆ ਇਹ ਦੇਖੋ ਕ੍ਰਿਸਪੀ ਕਿੰਨੇ ਬਣੇ ਆ ਤੇ ਬਹੁਤ ਹੀ ਵਧੀਆ ਪੱਕ ਕੇ ਤਿਆਰ ਹੋਇਆ ਜੀ ਇਸ ਤਰੀਕੇ ਨਾਲ ਦੇਖੋ ਜੀ ਕਿੰਨੇ ਵਧੀਆ ਇਹ ਪੱਕ ਕੇ ਤਿਆਰ ਹੋਇਆ ਤੁਸੀਂ ਜਦੋਂ ਟਮੇਟੋ ਕੈਚਪ ਦੇ ਨਾਲ ਇਹਨਾਂ ਨੂੰ ਸਰਵ ਕਰੋਗੇ ਨਾ ਬਹੁਤ ਜ਼ਿਆਦਾ ਟੇਸਟੀ ਲੱਗਣਗੇ ਇਹ ਤੁਸੀਂ ਜ਼ਰੂਰ ਇਸ ਰੈਸਪੀ ਨੂੰ ਘਰੇ ਟਰਾਈ ਕਰਿਓ ਜੀ ਮੇਰੇ ਸਿੱਧਾ ਪਕੌੜੇ ਬਣਾਉਣੇ ਬਹੁਤ ਜ਼ਿਆਦਾ ਆਸਾਨ ਹੁੰਦੇ ਆ ਜੀ ਹਰ ਕੋਈ ਪਕੌੜੇ ਬਣਾ ਲੈਂਦਾ ਪਰ ਕੀ ਹੁੰਦਾ ਕਿ ਜਦੋਂ ਆਪਾਂ ਪਕੌੜੇ ਬਣਾ ਕੇ ਰੱਖ ਦਿੰਨੇ ਆ ਉਹ ਲੰਬਾ ਸਮਾਂ ਕਰਿਸਪੀ ਨਹੀਂ ਰਹਿੰਦੇ ਵਧੀਆ ਨਹੀਂ ਬਣਦੇ ਤਾਂ ਇੱਕ ਦੋ ਛੋਟੀਆਂ ਮੋਟੀਆਂ ਗੱਲਾਂ ਹੁੰਦੀਆਂ ਨੇ ਜਿੰਨਾਂ ਦਾ ਤੁਸੀਂ ਧਿਆਨ ਰੱਖ ਕੇ ਬਹੁਤ ਜ਼ਿਆਦਾ ਵਧੀਆ ਪਕੌੜੇ ਬਣਾ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਜਿਹੜੀ ਗੋਭੀ ਦੀ ਕਟਿੰਗ ਕਰਨੀ ਹੈ ਜੀ ਉਹਨਾਂ ਜ਼ਿਆਦਾ ਵੱਡੇ ਪੀਸ ਨਾਲ ਤੁਸੀਂ ਕੱਟਿਓ ਕਿਉਂਕਿ ਫਿਰ ਉਹਨਾਂ ਨੂੰ ਪਕਾਉਣ ਵਾਸਤੇ ਜ਼ਿਆਦਾ ਸਮਾਂ ਲੱਗੂਗਾ ਫਲੇਮ ਆਪਾਂ ਫੁੱਲ ਤੇ ਪਕੌੜੇ ਬਣਾਉਣੇ ਹੁੰਦੇ ਆ ਇਸ ਕਰਕੇ ਜਿਹੜੇ ਪਕੌੜੇ ਫਿਰ ਉੱ ਆਪਣੇ ਫਲੇਵਰ ਅਨਸਾਰ ਐਡ ਕਰ ਸਕਦੇ ਹੋ ਪਰ ਕੋਟਿੰਗ ਇੰਨੀ ਕਿ ਜ਼ਿਆਦਾ ਕਰਿਓ ਤੁਸੀਂ ਵੀ ਜਿਹਦੇ ਨਾਲ ਗੋਭੀ ਦਾ ਵੀ ਵਿੱਚ ਵਧੀਆ ਫਲੇਵਰ ਆਵੇ ਇਹ ਨਹੀਂ ਕਰਨਾ ਆਪਾਂ ਵੀ ਗੋਭੀ ਦੇ ਉੱਪਰ ਆਪਾਂ ਆਟੇ ਦੀ ਜਾਂ ਕਾਰਨ سٹਾਰਚ ਦੀ ਜ਼ਿਆਦਾ ਕੋਟਿੰਗ ਕਰ ਦੇਣੀ ਹੈ ਵੀ ਕਾਰਨ سٹਾਰਚ ਜਾਂ ਆਟੇ ਦੇ ਫਲੇਵਰ ਜ਼ਿਆਦਾ ਆਵੇ ਫਿਰ ਉਹ ਕੱਚੇ-ਕੱਚੇ ਲੱਗਣਗੇ ਤੇ ਵਧੀਆ ਇਸ ਤਰੀਕੇ ਨਾਲ ਮਿਕਸਚਰ ਤਿਆਰ ਕਰਕੇ ਜਿਹੜਾ ਤੇਲ ਆ ਉਹ ਆਪਾਂ ਫੁੱਲ ਫਲੇਮ ਤੇ ਗਰਮ ਕਰਕੇ ਫੁੱਲ ਫਲੇਮ ਤੇ ਪਕੌੜਿਆਂ ਨੂੰ ਇਸ ਤਰੀਕੇ ਨਾਲ ਪਲਟਦੇ ਹੋਏ 골ਡਨ ਕਰ ਲੈਣਾ ਬਹੁਤ ਵਧੀਆ ਪਕੌੜੇ ਬਣਨਗੇ